ਲਓ ਜੀ, ਜਾਮਣ ਤੋੜਨ ਆਏ ਅੱਜ ਅਤੇ ਆਹ ਹਨੇਰੀ ਨਾਲ ਟਾਹਣਾ ਇੱਕ ਹੋਰ ਟੁੱਟ ਗਿਆ, ਉਹ ਉੱਤੋਂ ਵੀ ਟੁੱਟਿਆ ਪਿਆ। ਦੋ ਕੁ ਦਿਨ ਪਹਿਲਾਂ, 3 ਦਿਨ ਮੀਂਹ ਤੋਂ ਪਹਿਲਾਂ ਆਏ ਸੀ, ਉਦੋਂ ਬੜੇ ਜਾਮਣ ਲੱਗੇ ਸੀ ਅਤੇ ਹੁਣ ਥੋੜ੍ਹੇ ਘੱਟ ਗਏ, ਝੜ ਝੁੜ ਗਏ ਸਾਰੇ ਥੱਲੇ, ਹੁਣ ਤਾਂ ਥੋੜ੍ਹੇ ਹੀ ਰਹਿ ਗਏ। ਅਤੇ ਇੱਧਰ ਦਿਲ ਖੁਸ਼ ਕਹਿੰਦੇ ਵੀ ਜਾਣਾ ਹੀ ਜਾਣਾ। ਚੁਗਲੇ ਕਿੰਨੇ ਕੁ? ਚੱਲ ਚੁਗਲੋ ਚੁਗਲੋ, ਚੰਗੇ ਚੰਗੇ ਚੱਕ ਲਓ ਥੱਲੇ। ਹਾਂ ਬਹੁਤ ਅੱਜ ਘਰੇ ਪਏ ਥੱਲੇ, ਅਸੀਂ ਕਿਹਾ ਚੱਲ ਥੱਲਿਓ ਚੱਕ ਲੈਂਦੇ ਹਾਂ ਪਹਿਲਾਂ, ਉੱਤੇ ਤਾਂ ਚੜਿਆ ਨਹੀਂ ਜਾਣਾ ਇਹਦੇ। ਹਾਂ ਹਾਂ ਠੀਕ ਹੈ ਠੀਕ ਹੈ, ਜਿਹੜੇ ਸਾਫ਼ ਸਾਫ਼ ਆ, ਕੋਈ ਨਹੀਂ ਧੋ ਲਾਂਗੇ, ਜਾ ਚੜ ਜਾ ਉੱਪਰੋਂ ਜਾ ਕੇ ਤੋੜ ਲਿਆਓ। ਹਾਂ ਕਿੱਥੇ ਆ ਤਾਂ? ਹਾਂ ਤਾਂ ਹੈਗੇ ਆ, ਚੁਗਲੋ ਚੁਗਲੋ ਸਾਰੇ। ਇਹ ਦਿਨ ਹੀ ਹੁੰਦੇ ਮੀਂਹ ਤੋਂ ਬਾਅਦ ਨਾ, ਛੇਤੀ ਝੜ ਜਾਂਦੇ ਆ ਸਾਰੇ। ਹੈਂ ਕਿੱਥੇ ਆ? ਹਾਂ ਮਿਰਲੇ ਜੇ ਰਹਿ ਗਏ ਆ, ਟਗਾ ਨਾ ਦੇ ਆ ਜੋ ਕਿਤੇ ਹੱਥ ਨਹੀਂ ਪੈਂਦਾ ਕਿਤੇ। ਓਲਾ ਮਾਰੋ। ਹਾਂ ਬਸ ਐਂ ਚਾ, ਉੱਥੋਂ ਲਿਆ ਪੁੱਤ ਤੂੰ ਚਿੱਕੂ ਲਿਆ, ਆਹ ਲੈ ਲਾ ਪਿਆ ਜਾਂ ਅੰਦਰੋਂ ਲਿਆ ਭੱਜ ਕੇ ਅੰਦਰੋਂ, ਇਹ ਭਿੰਡੀਆਂ ਹੀ ਵਾਲਾ। ਚਲੋ ਮੈਨੂੰ ਵੀ ਲੇਟ ਕਰਾ, ਮੈਂ ਗੁਰੂ ਘਰ ਤੋਂ ਲੇਟ ਕਰਾਤਾ ਇਹਨਾਂ ਨੇ, ਇਹਨਾਂ ਦੇ ਜਾਮਣਾ ਨੇ। ਪਹਿਲਾਂ ਤਾਂ ਤਾਂ ਚੜਿਆ ਥੋੜ੍ਹੇ ਜਿਹੇ ਤਾਂ ਲੱਥੇ ਅਤੇ ਕੁਛ, ਫਿਰ ਮੁੜ ਕੇ ਉੱਤੋਂ ਟਾਹਣੀ ਝਾੜ ਕੇ। ਲਓ ਜੀ ਵੈਰੀ ਗੁੱਡ ਮੋਰਨਿੰਗ ਜੀ, ਅਤੇ ਕੱਲ੍ਹ ਫਿਰ ਸ਼ਾਮ ਨੂੰ ਆ ਕੇ ਥੋੜ੍ਹਾ ਬਿਜ਼ੀ ਹੋ ਗਏ, ਵਲੋਗ ਨਹੀਂ ਬਣਾਇਆ, ਅਤੇ ਹੁਣ ਬੱਚੇ ਗਏ ਸਕੂਲ ਅਤੇ ਮੌਸਮ ਹੋਇਆ ਪਿਆ ਪੂਰਾ ਠੰਡਾ, ਐਂ ਚਾਰੇ ਪਾਸੇ ਬੱਦਲ ਹੀ ਬੱਦਲ ਆ। ਅਤੇ ਅੱਜ ਸਵੇਰੇ ਜਦੋਂ ਮੈਂ ਉੱਠਿਆ 5 ਵਜੇ ਤੋਂ ਲੈ ਕੇ 6 ਵਜੇ ਤੱਕ ਆਹ ਝੁੱਟੀ ਲਾਈ ਰੱਬ ਨੇ, ਮੈਂ ਕਹਿੰਦਾ ਇੰਨੀ ਸਪੀਡ ਨਾਲ ਮੀਂਹ ਸੀ ਨਾ, ਧੰਨ ਧੰਨ ਕਰਾਤੀ। ਖੇਤ ਤਾਂ ਮੈਂ ਹਜੇ ਗਿਆ ਨਹੀਂ, ਅਤੇ ਗੁਰਾ ਗਿਆ ਸੀ, ਉਹ ਕਹਿੰਦਾ ਵੀ ਪਾਣੀ ਐਨ ਆਮ ਹੋ ਗਿਆ, ਜਾਣੀ ਹਜੇ ਡੁੱਬਣ ਵਾਲਾ ਕੰਮ ਤਾਂ ਹੈ ਨਹੀਂ ਗਾ, ਵੈਸੇ ਪਾਣੀ ਵਾਧੂ ਆ ਜਾਣੀ ਝੋਨੇ ਦੇ ਵਿੱਚ, ਐਨ ਘੈਂਟ ਗੱਲਬਾਤ ਹੋਈ ਵੀ ਮੋਟਰਾਂ ਪਹਿਲਾਂ ਹੀ 2 ਦਿਨ ਬੰਦ ਸੀ, ਅਤੇ ਹੁਣ ਤਾਂ ਮੈਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਮੌਸਮ ਅੱਜ ਵੀ ਬਹੁਤ ਜ਼ਿਆਦਾ ਮੀਂਹ ਦੱਸਿਆ, ਅੱਜ ਅਤੇ ਕੱਲ੍ਹ 2 ਦਿਨ ਪੂਰੇ ਅਹਿਮ ਆ ਪੰਜਾਬ ਦੇ ਲਈ, ਪੂਰਾ ਮੀਂਹ ਪੈਣਾ ਫੁੱਲ। ਅਤੇ ਇਸ ਟਾਈਮ ਵੈਸੇ ਬੱਦਲ ਕਾਫੀ ਆ, ਮੀਂਹ ਆਉਣ ਦੇ ਚਾਂਸ ਜੈਨ ਪੂਰੇ ਪੂਰੇ ਆ, ਪਰ ਸਵੇਰੇ ਸਾਡੇ ਘੰਟਾ ਡੇਢ ਘੰਟਾ ਝੁੱਟੀ ਐਨ ਪੂਰੀ ਲਾ ਗਿਆ, ਅਤੇ ਦੁਪਹਿਰ ਘੜੀ ਦੇ ਫੁੱਲ ਵੀ ਐਨ ਮੀਂਹ ਨਾਲ ਜਿੱਦਣ ਦੇ ਮੀਂਹ ਪਈ ਜਾਂਦੇ ਐਨ ਫੁੱਲ ਵੇਖ ਕਰਦੀਆਂ ਕਿਵੇਂ। ਇਹਨੂੰ ਇਹਨੂੰ ਕਰੰਟ ਲਾਉਣਾ? ਇਹਨੂੰ ਮੈਂ ਕਰੰਟ ਲਾਉਣਾ, ਕਿਆ ਕਰਾਂ? ਨਹੀਂ ਯਾਰ ਕਰੰਟ ਕਾਹਦਾ ਲਾਉਣਾ, ਕਿੱਡਾ ਸੋਹਣਾ ਮੁੰਡਾ ਏ, ਉਹੀ ਤਾਂ ਗੱਲ ਆ, ਦੱਸ ਐਡਾ ਮਹਿੰਗਾ ਮੁੰਡਾ ਏ, ਸਸਤਾ ਅੱਜ ਗਏ ਨੀ ਫਿਰ, ਹੁਣ ਹੁਣ 4 ਦਿਨ ਸ਼ਾਂਤੀ ਆਉ ਮੋਟਰਾਂ ਨੂੰ, ਹਨਾ ਹੁਣ ਕਾਹਦੇ ਹੱਥੇ ਪਾਉਣੀਆਂ, ਵੇਖ ਮੀਂਹ ਬਾਹਰ ਬੱਦਲ ਪਿਆ। ਹਾਂ ਹਾਂ ਮੀਂਹ ਦਾ ਮੌਸਮ ਹਜੇ, ਹਾਂ ਅੱਜ ਪਕੌੜੇ ਪੱਕਾ, ਜਿਹੜੀ ਤੂੰ ਗੱਲ ਕਹਿਤੀ ਹੈ ਨਾ ਉਹ ਅੱਜ ਬਣੂਗੀ, ਤੂੰ ਮੈਗੀ ਬਣਾ ਲਾ, ਪਕੌੜੇ ਬਣਾ ਲੈਂਦੇ ਬਾਈ, ਹੈ ਪਕੌੜਿਆਂ ਵਾਲਾ। ਹੋਰ ਸੁਣਾਓ ਕੋਈ ਗੱਲਬਾਤ, ਨਜ਼ਾਰੇ ਆ? ਕਿਉਂ ਸਲੋ ਸਲੋ ਹਨਾ, ਸੁਬਹਾ ਮੀਂਹ ਵੈਸੇ ਬਹੁਤ ਪੈ ਗਿਆ। ਲਓ ਜੀ ਅੱਜ ਭਲੂਰ ਦੇ ਵਿੱਚ ਵੀ ਪਹਾੜਾਂ ਵਾਲੀ ਫੀਲਿੰਗ ਹੋਈ ਪਈ ਆ, ਸਾਰੇ ਨਾ ਧੁੰਦ ਬਣੀ ਪਈ ਆ ਬੱਦਲਾਂ ਦੇ ਨਾਲ, ਥੋੜ੍ਹੀ ਥੋੜ੍ਹੀ ਬਰੀਕ ਬਰੀਕ ਕਣੀ ਭੂਰ ਪੈ ਰਹੀ ਆ, ਅਤੇ ਐਨ ਐਂਡ ਦਾ ਵਿਊ ਹੋਇਆ ਪਿਆ। ਹਾਂ ਨਿੱਕੂ ਕਿਵੇਂ, ਕੀ ਮਾਹੌਲ ਚਾਲ? ਨਜ਼ਾਰਾ ਬਣਿਆ ਪਿਆ, ਨਹੀਂ ਤਾਂ ਸਹੀ ਗੱਲ ਆ, ਮੈਂ ਸੋਚਿਆ ਗਿਆ ਹੀ ਨੀ, ਕਿਉਂ
ਨਹੀਂ ਜਾਣ ਦਾ ਫਾਇਦਾ ਵੀ ਨਹੀਂ, ਬੜੇ ਪਹਾੜ ਸ਼ਿਮਲੇ ਵਾਲਾ ਸਾਰਾ ਜਿਹੜਾ ਰੋਡ ਆ ਬੰਦ ਹੋਇਆ ਗਿਆ, ਬਲੌਕ ਹੋ ਗਿਆ ਅੱਜ। ਹਾਂ ਹੋਰ ਕਿਵੇਂ ਸਬਜ਼ੀਆਂ ਦਾ ਮਾਹੌਲ ਸ਼ੋਲ? ਮਹਿੰਗੀ ਹੋ ਗਈ ਹੈ ਨਾ ਸਾਰੀ, ਮੀਂਹਾਂ ਕਰਕੇ ਸਾਰੀਆਂ ਵੱਲਾਂ ਵੱਲਾਂ ਖਰਾਬ ਹੋ ਗਈਆਂ ਨਾ। ਟਮਾਟਰ 600 ਦੇ ਲਿਆਂਦੇ 5 ਕਿਲੋ, ਇਹ ਪਾਕਿਸਤਾਨ 'ਚ ਵੀ ਮਹਿੰਗੇ ਹੋ ਗਏ। 120 ਰੁਪਏ ਕਿਲੋ ਸੀ ਮੰਡੀ। ਅੱਛਾ, ਗਵਾਰਾ ਤਾਂ 80 ਰੁਪਏ ਸੀਗਾ। ਹਾਂ, ਅਰਬੀ 60 ਰੁਪਏ ਹੋ ਗਈ। ਅਰਬੀ 60 ਹੈ। ਕੱਲੀ ਖੱਖੜੀ ਸਸਤੀ ਹੈ ਯਾਰ, ਸਾਰਾ ਕੁਝ ਅੱਗ ਲੱਗ ਗਿਆ। ਖੱਖੜੀਆਂ ਕੀ ਰੇਟ ਆ? ਖੱਖੜੀਆਂ 5-4 ਰੁਪਏ ਮੰਡੀ ਬਸ। ਬੜਾ ਰੇਟ ਵੱਧ ਗਿਆ ਬਈ ਸਬਜ਼ੀਆਂ ਦਾ, 30 ਰੁਪਏ ਸੀ 60-70 ਹੋ ਗਿਆ। ਚੋਲੇ ਵੀ 80 ਹੋ ਗਏ। ਆਹ, ਇਹਨਾਂ ਨੂੰ ਗਧੇ ਨਹੀਂ ਖਾਂਦੇ। ਇਹ ਕਾ ਆ ਗਿਆ ਸਾਡਾ ਸਟਾਰ, ਇਹ ਪਿੰਡ ਦਾ ਸਟਾਰ ਆ ਸਾਡੇ ਦਾ। ਹਾਂ ਮੁੰਡਿਆ, ਸਟਾਰ ਸਾਹਿਬ ਕੀ ਹਾਲ ਆ? ਹੁਣ ਤਾਂ ਫਿਰ 4-5 ਦਿਨ ਕੰਮ ਵਿਹਲਾ ਫ੍ਰੀ ਆ ਹੁਣ ਤਾਂ ਫਿਰ। ਵਿਹਲੇ ਕਿੱਥੇ, 4 ਪਾਉਣ ਵਾਲੀਆਂ ਪੰਜਾਂ ਤੋ ਕੋਈ ਨਹੀਂ, ਹੁਣ ਤਾਂ ਭਾਵੇਂ 4 ਦਿਨ ਰੁਕ ਕੇ ਵੀ ਪੈ ਜਾਣਾ। ਉਹ ਜਿਹੜਾ ਸਮਾਨ ਟੰਗਿਆ ਹੋਇਆ ਬੰਦਾ ਨਹੀਂ, ਕੋਈ ਚੱਕਰ ਨਹੀਂ। ਹਾਂ, ਸਮਾਨ ਟੰਗਿਆ ਹੋਇਆ ਬੰਦਾ ਨਹੀਂ ਆਉਂਦਾ ਸਾਡਾ, ਰੈਡੀ ਕੀਤਾ ਜਾਣਾ। ਹਾਂ ਚੱਲ ਕੋਈ ਨਹੀਂ, ਅੱਜ ਨਹੀਂ ਆਉਂਦਾ ਫਿਰ ਮੀਂਹ, ਹੁਣ ਫੇਰ ਆ ਜਾਣਾ। ਨਜ਼ਾਰੇ ਲਓ ਬਸ, ਇਹ ਤੋਂ ਖਾਓ ਪੀਓ, ਅੰਬ ਪਏ ਆ, ਕੇਲੇ ਪਏ ਆ, ਖਾਓ। ਨਹੀਂ ਆਏ ਤਾਂ ਬੰਦਾ ਘੈਂਟ ਹੋ ਗਿਆ, ਬੰਦੇ ਬਹੁਤ ਘੈਂਟ, ਇੱਥੇ ਜੋ ਮਰਜ਼ੀ ਖਾਈ ਪੀ ਜਾਓ, ਐਂ ਨਹੀਂ ਪੁੱਛਦਾ ਨਾ। ਹੈਂ, ਦੱਸ ਬਾਈ ਨਿੱਕੂ, ਇੱਧਰ ਗੱਲ ਕਰ, ਖੁੱਲਾ ਦਿਲ ਆ ਜਾ, ਤੂੰ ਬੇਇੱਜ਼ਤੀ ਕਰਾ ਦੀ ਕੰਜਰਾ। ਨਿੱਕੂ ਜਵਾਬ ਨਹੀਂ ਦਿੰਦਾ ਯਾਰ। ਹੈਂ, ਆ ਵੀ ਆ ਕੱਦੂ ਦੇ ਆ ਕੰਮ, ਬਸ ਐਂ ਐਂ ਇੱਥੋਂ ਲਾ ਲੈਂਦਾ ਚੱਕ, ਇਹਨੇ ਦਾ ਬਣਾ ਲਿਆ, ਉਹਦਾ ਬਣਾਉਣਾ ਸ਼ੇਕ ਚੱਕ, ਟੈਲ ਬਹੁਤ ਵੱਡਾ। ਹਜੇ ਕੀ ਪਤਾ ਕਿੰਨੇ ਕੁ ਖਾਣੇ ਆ, ਇਹ ਤਾਂ ਸਵੇਰੇ ਸਵੇਰੇ ਆ ਘਰੇ ਆਉਣ ਦੀ ਦੇਰ ਹੀ ਸੀ, ਅਤੇ ਮੀਂਹ ਨਾਲ ਦੀ ਨਾਲ ਹੀ ਲੈ ਪਿਆ ਬਹੁਤ ਤੇਜ਼ ਆ ਮੀਂਹ, ਐਨ ਸਾਰੇ ਬੱਦਲ ਹੀ ਬੱਦਲ, ਐਨ ਬਹੁਤ ਜ਼ਿਆਦਾ ਮੀਂਹ ਆ, ਸੁਬਾਹ ਵੀ ਬਹੁਤ ਪੈ ਗਿਆ ਅਤੇ ਹੁਣ ਵੀ ਐਨ ਖਿੱਚੀ ਆਉਣਾ ਬਾਈ ਕੰਮ। ਬਹੁਤ ਭਾਰੀ ਮੀਂਹ ਵੈਸੇ ਦੱਸਿਆ, ਪਰ ਜ਼ਿਆਦਾ ਨਹੀਂ ਮੀਂਹ ਚਾਹੀਦਾ, ਬਹੁਤ ਪਹਿਲਾਂ ਮੋਟਰਾਂ ਬਹੁਤ ਦਿਨਾਂ ਦੀਆਂ ਬੰਦ ਆ। ਪਰਨਾਲਾ ਦਾ ਐਨ 3 ਇੰਚੀ ਪ੍ਰੈਸ਼ਰ ਨਾਲ ਪਾਣੀ ਛੱਡ ਰਿਹਾ, ਅਤੇ ਕਿੰਨਾ ਪਾਣੀ ਹੋਊ ਇੱਕ ਇਕੱਲਾ ਇੱਕ ਛੱਤ ਦਾ, ਇੱਕੋ ਪਰਲਾ ਛੋਟਾ, ਅਤੇ ਕਿੰਨਾ ਪਾਣੀ ਹੋਊ, ਕਿੰਨਾ ਮੀਂਹ ਸਿੱਟ ਰਿਹਾ, ਇਹ ਨਜ਼ਾਰਾ ਬੰਨਿਆ ਪਿਆ ਨਜ਼ਾਰਾ। ਬਹੁਤ ਹੀ ਜ਼ਿਆਦਾ ਤੇਜ਼ ਹੋ ਗਿਆ ਮੀਂਹ, ਐਨ ਨਿਰਾ ਪਾਣੀ ਸਿੱਟੀ ਜਾਂਦਾ ਰੱਬ ਪਾਣੀ। ਅੱਗੇ 3 ਇੰਚੀ ਪ੍ਰੈਸ਼ਰ ਸੀ, ਹੁਣ 4 ਇੰਚੀ ਪ੍ਰੈਸ਼ਰ ਨਾਲ ਮੀਂਹ ਹੈ। ਇਹ ਸਾਰਿਆਂ ਮੈਣ ਕਮਾਲਾਂ ਹੀ ਕਰਤੀਆਂ ਰੱਬ ਨੇ, ਵੇ ਨਿਰਾ ਘੁਲ ਘੁਲ ਕੇ ਊਂ ਹੀ ਪਾਣੀ ਡਿੱਗੀ ਜਾਂਦਾ ਸਿੱਧਾ ਹੀ। ਹੋ ਗਿਆ ਨਾਸਤਾ, ਮੀਂਹ ਪੈਂਦੇ ਨਾ, ਪੂਰਾ ਘੰਟਾ ਹੋ ਗਿਆ ਜੀ ਮੀਂਹ ਪੈਂਦੇ, ਅਤੇ ਮੀਂਹ ਹਜੇ ਵੀ ਨਹੀਂ ਹਟਿਆ। ਅੱਜ ਤਾਂ ਵੱਟਾਂ ਵੱਟਾਂ ਵੀ ਇੱਕ ਕਰਤੀਆਂ ਨੇ, ਅਤੇ ਹਿਮਾਚਲ 'ਚ ਵੀ ਬਈ ਗੱਡੀਆਂ ਰੁੜੀ ਜਾਂਦੀਆਂ, ਨਾ ਹੀ ਜਾਏ ਉੱਧਰਲੇ ਪਾਸੇ, ਹੈ ਨਾ, ਬਹੁਤ ਬੁਰਾ ਹਾਲ ਆ। ਵੈਸੇ ਮੈਦਾਨੀ ਇਲਾਕੇ ਤਾਂ ਠੀਕ ਆ, ਪਰ ਆਹ ਵੀ ਆਪਣੇ ਵੀ ਕਈਆਂ ਥਾਵਾਂ 'ਤੇ ਪੰਜਾਬ ਦੇ ਵਿੱਚ ਵੀ ਝੋਨੇ ਐਨ ਡੁੱਬ ਚੁੱਕੇ ਆ, ਅਤੇ ਨਾ ਤਾਂ ਪਨੀਰੀ ਆ ਅਤੇ ਨਾ ਹੋਰ ਕੁਛ, ਹੈ ਨਾ, ਹੁਣ ਪਨੀਰੀ ਨਾ ਤਿਆਰ ਹੋਵੇ ਕਿੱਥੋਂ ਬੰਦਾ ਲਾਊਗਾ, ਇੰਨੀ ਮਿਹਨਤ ਕੀਤੀ ਖਰਚਾ ਅਤੇ ਲਾਇਆ, ਹੈ ਨਾ, ਲਵਾਈ ਬਹੁਤ ਮਹਿੰਗੀ ਆ, ਅਤੇ ਆ ਹੁਣ ਵੀ ਹਜੇ ਵੀ ਪੂਰਾ ਐਨ ਫੁੱਲ ਵੀ ਆ, ਤੁਸੀਂ ਕਹਿਣਾ ਕਮਾਲਾਂ ਹੀ ਕਰੀ ਜਾਂਦਾ। ਕੱਲ੍ਹ ਤਾਂ ਆਪਣੇ ਦਿੰਦੇ ਸਕੂਲ ਵੀ ਪਿਆ, ਕੱਲ੍ਹ ਤਾਂ ਅੱਜ ਪਿਆ ਹੀ ਨਹੀਂ ਮੀਂਹ, ਲਓ ਜੀ ਐਂ ਛੱਪੜ ਹੀ ਛੱਪੜ ਲੱਗੇ ਪਏ ਆ। ਜੱਟਾ ਕਿਵੇਂ ਫਿਰ? ਹਾਂ ਆਉਂਦਾ ਨਜ਼ਾਰਾ ਫਿਰ ਬਾਈ? ਕੋਈ ਹੱਲ ਨੀ, ਖੇਤ ਨਾ ਆਇਓ ਕੋਈ ਵੀ ਜਾਣਾ,
ਵੱਟਾਂ ਸਾਰੀਆਂ ਇੱਕ ਹੀ ਹੋਈਆਂ ਪਈਆਂ, ਵੇਖ ਲਓ ਦੂਰ ਤੱਕ ਐਨ ਸਾਡੇ ਦਾ ਛੱਪੜ ਲੱਗੇ, ਉੱਤੋਂ ਮੀਂਹ ਫੁੱਲ ਆ, ਹਾਂ ਹਾਂ ਪੱਕਾ ਖਾਲਾ ਐਨ ਡੱਕਿਆ ਤੁਰਿਆ ਜਾਂਦਾ, ਆ ਸਾਰੇ ਪਾਸੇ ਪਾਣੀ ਪਾਣੀ ਛੱਪੜ ਲੱਗੇ ਪਏ ਆ। ਚੱਲ ਵੀ ਜੱਟਾਂ ਹੁਣ ਗੇੜਾ ਮਾਰਨ ਆਏ ਸੀ, ਚੱਲੀਏ ਪਿੰਡ ਨੂੰ ਆਪਾਂ। ਉਸਤਾਦ ਜੀ ਨੇ ਤਿਆਰੀ ਕਰਤੀ ਬਈ, ਉਸਤਾਦ ਜੀ ਪਹਿਲੇ ਬੋਲ ਤੇ ਆਖੇ ਲੱਗ ਗਿਆ, ਕਿਉਂ ਕਿਵੇਂ ਫਿਰ ਚੰਗਾ, ਇੱਥੇ ਤਾਂ ਇਹੋ ਅਸੀਂ ਰਹਿਣਾ, ਖਾਧਾ ਪੀਤਾ ਰਹਿ ਜਾਣਾ, ਬਾਕੀ ਤਾਂ ਚੱਲਦਾ ਹੀ ਰਹਿੰਦਾ ਵਾਧਾ ਘਾਟਾ। ਲਓ ਜੀ ਕੀ ਪਾਇਆ, ਆਲੂ ਤੇ ਗੰਢੇ ਹੈ, ਹਾਂਜੀ ਤੇ ਹੁਣ ਬੇਸਣ ਰਾਦੇ, ਫਿਰ ਲੂਣ ਮਿਰਚ, ਹਾਂਜੀ ਉਹ ਫਿਰ ਸ਼ਿਮਲਾ ਮਿਰਚਾਂ ਦੇ ਬਣਾਉਣੇ, ਹਾਂ ਸ਼ਿਮਲਾ ਮਿਰਚਾਂ ਵੀ ਲਿਆਂਦੀਆਂ ਬਈ ਮੈਂ, ਤੇ ਕਹਿੰਦੀ ਸ਼ਿਮਲਾ ਮਿਰਚਾਂ ਵਾਲੇ ਅਲੱਗ ਕੱਢਣੇ ਹੈ, ਉਹ ਟੇਸਟ ਹੀ ਬੰਦੇ। ਠੀਕ ਆ ਹੁਣ ਆਪਾਂ ਨੂੰ ਪਾਲਕ ਨਾਲ ਗੋਭੀ ਮਿਲੀ ਹੈ, ਹੁਣ ਆਲੂ ਗੰਢੇ ਵਾਲੇ ਚੱਲਣੇ, ਇਹ ਤਾਂ ਬਾਲੇ ਕਰਾਰੇ ਬੰਦੇ। ਚਲੋ ਲਓ ਜੀ ਲੱਗ ਪਿਆ ਉਸਤਾਦ ਜੀ, ਹਾਂਜੀ ਲਓ ਜੀ, ਕਿਹਦਾ ਕਿਹਦਾ ਜੀ ਕਰਦਾ ਬਈ ਕਮੈਂਟ ਕਰਿਓ ਜ਼ਰੂਰ, ਤੇ ਕਿਹੜੇ ਕਿਹੜੇ ਘਰੇ ਅੱਜ ਪਕੌੜੇ ਬਣਦੇ ਆ ਕਮੈਂਟ ਜ਼ਰੂਰ ਕਰਿਓ, ਤੇ ਆਪਣੇ ਤਾਂ ਕੰਮ ਚੱਲੀ ਜਾਂਦਾ, ਇੱਧਰ ਪਕੌੜੇ ਨਿਕਲ ਵੀ ਗਏ ਆ। ਕਿਵੇਂ ਲੂਣ ਮੈਂ ਚੁੱਕਿਆ, ਓਕੇ ਰਿਪੋਰਟਾਂ। ਚਲੋ ਜੀ ਹੁਣ ਟੇਸਟ ਕਰਕੇ ਦੇਖਦੇ ਹਾਂ, ਜਾਂ ਪਕੌੜੇ ਤਾਂ ਬਣੇ ਘੈਂਟ, ਚੱਕ ਦੇ ਕੰਮ ਜੀ ਆਪਾਂ ਤਾਂ ਪਾ ਲਿਆ ਐਂ ਪਕੌੜੇ, ਅਤੇ ਉਸਤਾਦ ਜੀ ਉੱਧਰ ਪਕੌੜੇ ਕੱਢੀ ਜਾਂਦਾ, ਮੈਂ ਕਿਹਾ ਮੈਂ ਤਾਂ ਕਰਦਾ ਇੰਜੋਏ, ਅਤੇ ਟੇਸਟ ਕਰਕੇ ਦੇਖਦੇ ਹਾਂ। ਆ ਜਾਓ ਹੁਣ ਕਹਾਂ, ਮੈਂ ਤਾਂ ਬਿਨਾਂ ਛਤਰੀ ਤੋਂ ਗਿਆ, ਇੰਨਾ ਸਕੂਲ 'ਚ ਵੈਨ ਬੈਗ ਰਖਾ ਲਿਆ ਜਿਸ ਤਰ੍ਹਾਂ, ਕਿਵੇਂ ਹੋ ਕਿਵੇਂ ਫਿਰ, ਪੈਂਦਾ ਵੀ ਐਂ ਨਹੀਂ ਕਰੀ ਦਿੰਦੀ ਪੁੱਠੀ ਸਿੱਧੀ ਰੱਖ ਆਈ, ਹਾਂ ਕਿਵੇਂ ਬੈਗ ਰਖਾ ਲਏ ਸਕੂਲ 'ਚ, ਹਾਂ ਹਾਂ ਸੱਚੇ, ਹਾਂ ਬੂਟ ਵੀ ਕੁਛ ਉਵੇਂ ਹੀ, ਜਰਾਬਾਂ ਸਾਰੀਆਂ ਭਿੱਜੀਆਂ ਪਈਆਂ, ਪਰ ਮੀਂਹ ਬਹੁਤ ਜ਼ਿਆਦਾ ਹੈ ਨਾ, ਰਾਹ 'ਚ ਕਿੰਨਾ ਕੁ ਮੀਂਹ ਸੀ, ਮੁੱਧ ਕੀ, ਹਾਂ ਬਹੁਤ ਆ ਮੁੱਧ ਕੀ ਨਹੀਂ, ਪਲੂਰ ਖੇਤਾਂ 'ਚ ਬਹੁਤ ਆਊ ਆਪਣੇ ਵੀ, ਝੋਨੇ ਰਾਜ ਦੀਂਦੇ ਸੀ ਕਿ ਨਹੀਂ, ਹਾਂ ਹਾਂ ਮਾੜਾ ਮਾੜਾ ਦੀਂਦਾ, ਹਾਂ ਦਿਸਦਾ ਨਹੀਂ ਨਾ ਕਿੰਨਾ ਮੀਂਹ। ਚਲੋ ਚਲੋ ਚੱਲ ਦਾਂਗੇ, ਚਲੋ ਚਲੋ ਫਿਰ ਤੁਹਾਨੂੰ ਅੱਜ ਗਰਮਾ ਗਰਮ ਖਵਾਉਂਦੇ ਪਕੌੜੇ, ਠੀਕ ਆ ਹੁਣ ਖੁਸ਼ ਹੋ, ਚਲੋ ਚੱਲਾਂਗੇ ਚਲੋ ਸਾਈਡ 'ਤੇ ਰੱਖ ਦਿਓ। ਲਓ ਜੀ ਮੀਂਹ ਹਜੇ ਵੀ ਪਈ ਜਾਂਦਾ ਫੁੱਲ, ਇਹ ਨਹੀਂ ਹਟਦਾ ਅੱਜ, ਹਾਂ ਇਹ ਰੱਖ ਦਿਓ ਚਲੋ ਕੋਈ ਨਹੀਂ। ਉਸਤਾਦ ਜੀ ਹੁਣ ਸ਼ਿਮਲਾ ਮਿਰਚਾਂ ਵਾਲੇ ਬਣਾਉਣਗੇ, ਹੈਂ ਦੂਜੇ ਨਿਕਲ ਗਏ, ਹਾਂਜੀ ਚਲੋ ਟੇਸਟੀ ਉਰੇ। ਚਲੋ ਜੀ ਮੀਂਹ ਹਜੇ ਵੀ ਪਈ ਜਾਂਦਾ ਬਾਹਰ, ਅਤੇ ਸਾਡਾ ਖੁਸ਼ ਖੁਸ਼ ਹੋ ਗਿਆ ਪਕੌੜੇ ਖਾ ਕੇ, ਹੈਂ ਸਾਡਾ ਝੋਨਾ ਡੁੱਬ ਗਿਆ ਤੇ ਤੈਨੂੰ ਪਕੌੜੇ ਖਾਈ ਜਾਂਦਾ, ਚਲੋ ਚਲੋ ਖਾ ਲਓ, ਹਾਂਜੀ ਆ ਜਾਓ ਉਸਤਾਦ ਜੀ, ਉਸਤਾਦ ਜੀ ਤਾਂ ਲੈ ਕੇ ਆਏ ਆ ਸ਼ਿਮਲਾ ਮਿਰਚਾਂ ਵਾਲੇ ਪਕੌੜੇ, ਹੈਂ ਬਹੁਤ ਟੇਸਟੀ ਲੱਗਦੇ। ਲਓ ਜੀ ਆ ਵਿੱਚ ਸ਼ਿਮਲਾ ਮਿਰਚਾਂ ਵਾਲੇ, ਸ਼ਿਮਲਾ ਤਾਂ ਇਹਦੇ ਹੈ, ਸ਼ਿਮਲਾ ਵਾਲੇ ਇਹ 'ਚ ਵੀ ਹੈਗੀਆਂ, ਚਲੋ ਕਰੋ ਇੰਜੋਏ, ਲਓ ਲਓ ਆਨੰਦ ਲਓ ਮੀਂਹ ਦਾ ਅਤੇ ਨਾਲ ਚਾਹ ਦਾ ਅਤੇ ਨਾਲ ਪਕੌੜਿਆਂ ਦਾ, ਥੈਂਕਸ ਉਸਤਾਦ ਜੀ ਪਕੌੜੇ ਕੱਢਣ ਲਈ। ਚਲੋ ਮੀਂਹ ਨੂੰ ਪੂਰੇ ਪੌਣੇ ਪੰਜ ਹੋ ਗਏ ਆ, ਹਜੇ ਤੱਕ ਮੀਂਹ ਨਹੀਂ ਹਟਿਆ, ਹਜੇ ਵੀ ਮੀਂਹ ਪਈ ਜਾਂਦਾ, ਹੁਣ ਲੱਗਦਾ ਵੀ ਥੋੜ੍ਹਾ ਜਿਹਾ ਲਾਈਟ ਜਿਹਾ ਹੋ ਗਿਆ ਵੀ ਗੱਲ ਥੰਮ ਜੂਗਾ, ਹੁਣ ਥੰਮ ਜੇ ਤਾਂ ਗੱਲ ਆ ਚੰਗੀ, ਕਿਉਂਕਿ ਝੋਨਿਆਂ ਦਾ ਬੁਰਾ ਹਾਲ ਆ, ਕੀ ਆ ਹਾਂ ਇਹ ਤੁਰਦਾ ਹੀ ਮੀਂਹ ਪਾਉਂਦਾ, ਚੜ੍ਹਦੇ ਲਾਉਂਦਾ ਲਹਿੰਦੇ ਨੂੰ ਜਾਂਦਾ, ਅਤੇ ਉਸਤਾਦ ਜੀ ਹੁਣ ਕੋਫਤੇ ਬਣਾਉਣ ਲੱਗ ਪਏ, ਉਸਤਾਦ ਜੀ ਸਾਡਾ ਟਿਕਦਾ ਨਹੀਂ, ਹੁਣ ਕਹਿੰਦਾ ਵੀ ਤੇਲ ਵੀ ਗਰਮ ਆ ਅਤੇ ਭੱਠੀ ਗਰਮ ਹੀ ਆ, ਅਤੇ ਕਹਿੰਦੀ ਕੱਦੂ ਲਿਆ, ਹੁਣ ਮੈਂ ਕੱਦੂ ਲਿਆਂਦਾ, ਹੁਣ ਕੱਦੂ ਦੇ ਬਣਾਉਣ ਲੱਗੀ ਆ ਕੋਫਤੇ, ਅੱਜ ਫਿਰ ਸਬਜ਼ੀ ਬਣੂਗੀ ਵੀ ਕੋਫਤਿਆਂ ਦੀ, ਪਰ ਢਿੱਡ ਪੂਰਾ ਫੁੱਲ ਆ ਹੁੰਦਾ,
ਜੀ ਨਹੀਂ ਕਰਦਾ ਹੁਣ ਖਾਣ ਨੂੰ, ਰੱਜ ਗਿਆ ਹੁਣ ਤਾਂ ਵੇਖਣ ਨੂੰ ਜੀ ਨਹੀਂ ਕਰਦਾ। ਬਣਾ ਦੇ ਬਣਾ ਦੇ ਹੁਣ ਕੋਫਤੇ ਬਣੀ ਜਾਂਦੇ ਕੋਫਤੇ। ਆਹ ਸਭ ਝੋਨਾ ਕਿੱਡਾ ਕਿੱਡਾ ਸਭ ਡੁੱਬਿਆ ਪਿਆ ਸਾਡੇ ਪਿੰਡ ਜਦੋਂ ਐਂਟਰ ਹੋਈ ਦਾ ਹਰਗਿਆਲ ਦਰਾ ਉਦੋਂ ਹੀ। ਅਤੇ ਹੁਣ ਤੁਹਾਨੂੰ ਵਿਖਾਉਂਦੇ ਹਾਂ ਸਾਰਾ ਮਾਹੌਲ। ਐਂ ਲੈ ਇਹਦੇ ਕੋਲ ਪੱਲੇ ਹੈਗਾ, ਗੋਡੇ ਗੋਡੇ ਤੋਂ ਵੀ ਜ਼ਿਆਦਾ ਪਾਣੀ ਆ। ਚਲੋ ਹੁਣ ਜਾਂਦੇ ਹਾਂ ਖੇਤ ਨੂੰ ਵਿਖਾਉਂਦੇ ਤੁਹਾਨੂੰ ਹੋਰ ਮਾਹੌਲ। ਪਾਣੀ ਤਾਂ ਐਂ ਤੁਰਿਆ ਆਉਂਦਾ ਵੇਖੋ ਜੀ, ਦੱਸਦਾ ਹੀ ਕੁਛ ਨਹੀਂ, ਪਾਣੀ ਐਂ ਤੁਰਿਆ ਹੀ ਆਉਂਦਾ, ਪਤਾ ਨਹੀਂ ਸੂਏ ਤੋਂ ਵੀ ਵੱਧ ਪਾਣੀ ਆਉਂਦਾ ਪ੍ਰੈਸ਼ਰ ਨਾਲ। ਇੱਥੇ ਆ ਕੇ ਜੱਟ ਫੇਲ ਹੋ ਜਾਂਦਾ, ਆਹ ਚੀਜ਼ਾਂ ਨਾਲ ਜੱਟ ਫੇਲ ਹੁੰਦਾ। ਮੈਂ ਤਾਂ ਕਦੇ ਆਪਦੀ ਸੁਰਤੀ 'ਚ ਇੰਨਾ ਪਾਣੀ ਨਹੀਂ ਦੇਖਿਆ, ਝੋਨੇ ਦੇ ਵਿੱਚ ਦੀ ਜਿਹੜਾ ਆਏ ਆਈ ਜਾਂਦਾ ਇੰਨਾ। ਅਤੇ ਹਜੇ ਕਿਹੜਾ ਮੀਂਹ ਹਟਣ ਦਾ ਨਾਂ ਲੈਂਦਾ, ਅਜੇ ਐਨ ਬੱਦਲ ਦਿਖਣੀਆਂ ਪਈ ਜਾਂਦੀਆਂ। ਖੇਤ ਪਹੁੰਚ ਗਏ ਹਾਂ ਅਤੇ ਆਹ ਤਾਂ ਜਿਹੜਾ ਝੋਨਾ ਆਪਣਾ ਇਹ ਤਾਂ ਹੋ ਜੂਗਾ ਕਾਮਯਾਬ, ਕਿਉਂਕਿ ਇਹ ਬਹੁਤ ਜਾਣੀ ਵਧੀਆ ਝੋਨਾ ਹੋ ਗਿਆ ਸੀ, ਕਾਫੀ ਦਿਨ ਪਹਿਲਾਂ ਦਾ ਲੱਗਾ ਸੀ। ਜਿਹੜਾ ਉਹ ਸਾਹਮਣੇ ਉੱਧਰ ਤਾਂ ਨਹੀਂ ਵੀ ਦਿਖਦਾ ਝੋਨਾ, ਕਿਉਂਕਿ ਉਹ ਜਿਹੜਾ ਟਾਵਰ ਵਾਲਾ ਪਲਾਟ ਆ ਉਹ 3 ਕਿੱਲਿਆਂ ਦਾ ਉਹ ਤਾਂ ਬਹੁਤ ਜਮ੍ਹਾਂ ਡੁੱਬਿਆ ਪਿਆ, ਜਿਹੜੇ ਇੱਧਰ ਨੂੰ ਆ ਉਹ ਸਾਹਮਣੇ ਉਹ ਥੋੜ੍ਹੇ ਥੋੜ੍ਹੇ ਦਿਖਦੇ ਆ। ਚਲੋ ਖਾਲੇ ਖੁਲੇ ਵੱਟਾਂ ਵੁੱਟਾਂ ਇੱਕ ਕੀਤੀਆਂ ਪਈਆਂ ਅਤੇ ਖਾਲਾ ਵੀ ਇੱਧਰੋਂ ਫੁੱਲ ਭਰਿਆ ਹੀ ਜਾਂਦਾ ਪਾਣੀ ਐਨ ਸਾਰੇ। ਉਹ ਦੂਰ ਤੱਕ ਦੇਖਾਂਗੇ ਸਾਰੇ ਇੱਧਰ ਪਾਣੀ ਪਾਣੀ ਆ, ਵੈਸੇ ਇੱਧਰ ਨੂੰ ਜਿਹੜੀ ਸਾਈਡ ਵੀ ਨਿਗਾਹ ਮਾਰੋ ਸਭ ਪਾਣੀ ਪਾਣੀ ਆ। ਬੜਾ ਜ਼ਿਆਦਾ ਮੀਂਹ ਸੱਟਿਆ, ਬਹੁਤ ਜ਼ਿਆਦਾ ਜਾਣੀ, ਹੁਣ ਕੋਈ ਹੱਲ ਹੈ ਨਹੀਂ ਗਾ, ਇੰਨਾ ਹੁਣ ਪਾਣੀ ਜਾਊਗਾ ਕਿੱਥੇ, ਇੱਥੇ ਹੀ ਖਤਮ ਕਰਨਾ ਪੈਣਾ, ਕਿਉਂਕਿ ਅੱਗੋਂ ਵਾਹਣ ਕੋਈ ਉੱਚੇ ਆ ਕੋਈ ਨੀਵੇਂ ਆ ਅਤੇ ਪਾਣੀ ਹੈਗਾ ਬਹੁਤ ਜ਼ਿਆਦਾ। ਆਹ ਕੰਮਾਂ ਕਰਕੇ ਜੇ ਪਾਣੀ ਨਹੀਂ ਹੁੰਦਾ ਤਾਂ ਤਾਂ ਵੀ ਜੱਟ ਮਰਦਾ, ਜੇ ਪਾਣੀ ਵੱਧ ਜਾਂਦਾ ਤਾਂ ਹੱਦੋਂ ਜ਼ਿਆਦਾ ਵੱਧ ਜਾਂਦਾ। ਆਹ ਵੱਟਾ ਵੁੱਟਾ ਸਾਡੀਆਂ ਸਭ ਇੱਕ ਹੋਈਆਂ ਪਈਆਂ, ਉਹ ਸਾਹਮਣੇ ਆਹ ਜਿਹੜਾ ਆਹ ਵਾਹਣ ਦਾ ਪਾਣੀ ਵੀ ਸਭ ਇੱਕ, ਉਹ ਸਾਹਮਣੇ ਤੱਕ ਉਹ ਆਪਣਾ ਤਾਏਗਾ ਵਾਹਣ ਸਾਰਾ ਨੱਕੋ ਨੱਕ ਭਰਿਆ ਪਿਆ। ਥੱਲੇ ਤਾਂ ਥੋੜ੍ਹਾ ਜ਼ਿਆਦਾ ਪਾਣੀ ਆ ਉੱਧਰਲੀ ਸਾਈਡ, ਵਾਹਣ ਦਾ ਤਾਂ ਕੋਈ ਜ਼ਿਆਦਾ ਫਰਕ ਨਹੀਂ, ਥੋੜ੍ਹਾ ਜਿਹਾ ਝੋਨਾ ਘੱਟ ਤੁਰਿਆ ਸੀ ਅਜੇ, ਕਿਉਂਕਿ ਲੱਗਾ ਹੀ ਸੀ 4-5 ਦਿਨ ਹੋਏ ਸੀ ਆਹ ਝੋਨੇ ਨੂੰ, ਤਾਂ ਕਾਫੀ ਦਿਨ ਹੋ ਗਏ ਲੱਗੇ ਨੂੰ। ਇਹ ਤਾਂ ਵੈਸੇ ਖਤਰੇ ਤੋਂ ਵੈਸੇ ਬਾਹਰ ਹੀ ਆ ਮੇਰੇ ਹਿਸਾਬ 'ਚ, ਜੇ ਹੋਰ ਮੀਂਹ ਨਾ ਪਵੇ ਤਾਂ, ਜੇ ਹੋਰ ਮੀਂਹ ਪੈਣ ਲੱਗ ਪਿਆ ਫਿਰ ਇਹਦਾ ਵੀ ਮੁਸ਼ਕਲ ਹੀ ਆ, ਬਾਕੀ ਹੁਣ ਕੁਛ ਕਰ ਨਹੀਂ ਸਕਦੇ, ਇਹ ਹੈਗਾ ਰੱਬ ਦੇ ਹੱਥ, ਜੋ ਰੱਬ ਨੂੰ ਮਨਜ਼ੂਰ ਆ ਉਹੀ। ਚਲੋ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਹੀ ਪੈਂਦਾ, ਰੱਬ ਦੀ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਅਤੇ ਹੈ ਵੈਸੇ ਔਖਾ ਹੀ ਆ, ਕਿਉਂਕਿ ਹੁਣ ਪਨੀਰੀਆਂ ਵੀ ਸਾਰੀਆਂ ਲੋਕਾਂ ਨੇ ਵਾਹਤੀਆਂ, ਨਾ ਤਾਂ ਪਨੀਰੀ ਆ ਅਤੇ ਨਾਲੇ ਦੁਬਾਰਾ ਲਾਉਣਾ ਲੇਬਰ ਬਹੁਤ ਮਹਿੰਗੀ ਪੈਂਦੀ ਆ। ਫਿਰ ਕਹਿੰਦੇ ਜੱਟ ਐਂ ਕਰਦਾ ਅਤੇ ਜੱਟ ਐਂ ਕਰਦਾ, ਜੱਟ ਕਰੇ ਤਾਂ ਦੱਸੋ ਮੈਨੂੰ, ਕਮੈਂਟ ਕਰਕੇ ਜ਼ਰੂਰ ਦੱਸੋ ਵੀ ਜੱਟ ਹੁਣ ਕਰੇਗੀ। ਫਿਰ ਕਹਿੰਦੇ ਜੱਟ ਫਾਹੇ ਲੈਂਦਾ ਜਾਂ ਜੱਟ ਐਂ ਕਰਦਾ, ਜੱਟ ਚੋਚੇ ਜ਼ਿਆਦਾ ਕਰਦਾ, ਜੱਟ ਫੁਕਰਾ ਹੁੰਦਾ, ਇੱਥੇ ਆ ਕੇ ਤਾਂ ਜੱਟ ਹਾਰ ਜਾਂਦਾ। ਜੇ ਉਹ ਇੰਜੋਏ ਕਰਦਾ ਮਾੜਾ ਮੋਟਾ ਖਾਂਦਾ ਪੀਂਦਾ ਜਾਂ ਗੱਡੀ 'ਤੇ 2 ਗੇੜੇ ਕੱਢ ਦਿੰਦਾ, ਫਿਰ ਵੀ ਕਹਿੰਦੇ ਜੱਟ ਆਏ ਅਤੇ ਜੱਟ ਜਾਊ, ਜੱਟ ਜਾਵੇ ਕਿੱਥੇ ਦੱਸੋ। ਜੱਟ ਦਾ ਬਹੁਤ ਔਖਾ ਬਾਈ, ਕਹਿਣਾ ਸੌਖਾ, ਜ਼ਿਮੀਂਦਾਰ ਆ, ਦੁਕਾਨਾਂ ਵਾਲੇ ਦੁਕਾਨਾਂ 'ਚ ਬੈਠੇ ਆ, ਸਮਾਨ ਚੱਕ ਲੈਣਗੇ ਜੇ ਭੱਜ ਵੀ ਜਾਊਗਾ, ਆਹ ਦੱਸੋ ਹੁਣ ਕਿੱਥੇ ਜਾਊਗਾ, ਆਹ ਚੀਜ਼ ਕਿੱਥੇ ਜਾਊਗੀ, ਇਹ ਚੀਜ਼ ਨੂੰ ਤੁਸੀਂ ਕਿੱਥੇ ਦੇਖਦੇ ਹੋ। ਆਹ ਕਿਵੇਂ ਪਾਣੀ ਤੁਰਿਆ ਫਿਰਦਾ, ਐਨ ਆਸੇ ਪਾਸੇ ਸਾਰੇ ਐਨ ਛੱਪੜ ਲੱਗੇ ਪਏ ਆ, ਇਹਨੂੰ ਦੱਸੋ ਤੁਸੀਂ ਕੀ ਕਹੋਗੇ। ਹੁਣ ਇਹਦੇ 'ਚ ਨਾ ਤਾਂ ਕੋਈ ਸਰਕਾਰਾਂ ਦਾ ਦੋਸ਼ ਆ, ਨਾ ਆਪਾਂ ਰੱਬ ਨੂੰ ਕਹਿ ਸਕਦੇ ਹਾਂ, ਕਿਉਂਕਿ ਸਭ ਨੂੰ ਦੇਣ ਵਾਲਾ। ਆਪਾਂ ਕਣਕਾਂ ਵਾਰੀ ਵੀ ਇਹੀ ਕਹਿੰਦੇ ਸੀ, ਪਰ ਰੱਬ ਨੇ ਸਭ ਕੁਝ ਸੈੱਟ ਕਰਤਾ। ਚਲੋ ਜਿਨ੍ਹਾਂ ਦੀਆਂ ਹੋਈਆਂ ਖਰਾਬ ਵੀ ਹੋਈਆਂ, ਪਰ ਹੁਣ ਇੱਥੇ ਕਰ ਕੁਛ ਨਹੀਂ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਇਹ ਹੁਣ ਨਾ ਤਾਂ ਬੰਦੇ ਨੇ ਪਾਣੀ ਤੋੜਿਆ,
ਨਾ ਕਿਸੇ ਹੋਰ ਨੇ ਪਾਣੀ ਤੋੜਿਆ, ਇਹ ਤੋੜਿਆ ਰੱਬ ਨੇ। ਅਤੇ ਰੱਬ ਨੂੰ ਆਪਾਂ ਕੁਛ ਕਹਿ ਨਹੀਂ ਸਕਦੇ। ਹੁਣ ਜੇ ਕੋਈ ਬੰਦਾ ਹੁੰਦਾ ਇੱਥੇ ਪਾਣੀ ਤੋੜਿਆ ਹੁੰਦਾ, ਕਿਸੇ ਦਾ ਨੁਕਸਾਨ ਹੁੰਦਾ ਤਾਂ ਡਾਂਗ ਮਾਰਦੇ। ਹੁਣ ਰੱਬ 'ਤੇ ਆਪਾਂ ਡਾਂਗ ਨਹੀਂ ਨਾ ਮਾਰ ਸਕਦੇ, ਉਹਦੀ ਰਜ਼ਾ 'ਚ ਰਹਿਣਾ ਪੈਂਦਾ, ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ। ਕੋਈ ਗੱਲ ਨਹੀਂ, ਤੰਦਰੁਸਤੀ ਚਾਹੀਦੀ ਆ, ਫਸਲਾਂ ਤਾਂ ਫਿਰ ਵੀ ਹੋ ਜਾਣਗੀਆਂ, ਪਰ ਹੈ ਔਖਾ ਕੁੱਲ ਮਿਲਾ ਕੇ। ਕਰਜ਼ਾ ਚੱਕ ਕੇ ਹੁਣ ਕਿੰਨੀ ਕਿੰਨੀ ਲਵਾਈ, ਕਿੰਨੀ ਵਧਾਈ ਆ, ਹੈ ਔਖਾ ਹੀ ਕੁੱਲ ਮਿਲਾ ਕੇ। ਪਰ ਇੱਥੇ ਆ ਕੇ ਦੁੱਖ ਹੁੰਦਾ, ਆਹ ਚੀਜ਼ 'ਤੇ ਆ ਕੇ ਦੁੱਖ ਹੁੰਦਾ, ਬਹੁਤ ਜ਼ਿਆਦਾ ਦੁੱਖ ਹੁੰਦਾ ਅੰਦਰੋਂ। ਕਿਤੇ ਫੀਲਿੰਗ ਨਾ ਲੈ ਕੇ ਵੇਖਿਓ ਆਪਦੀ ਜਗ੍ਹਾ 'ਤੇ, ਸਾਡੀ ਜਗ੍ਹਾ 'ਤੇ ਬੈਠ ਕੇ ਦੇਖਿਓ, ਜਿਹੜੇ ਮਹਿਲਾ 'ਚ ਬੈਠੇ ਆ ਦੇਖਿਓ ਮਾੜਾ ਜਿਹਾ। ਕਿਵੇਂ ਕਿੱਧਰੋਂ ਕਿਹੜਾ ਮਾਰ ਕੇ ਆਇਆ ਹੁਣ? ਕਿਵੇਂ ਮਾਹੌਲ ਦੱਸ ਦੇ ਫਿਰ? ਨਹੀਂ ਔਖਾ ਕੰਮ ਹੈ ਨਾ ਯਾਰ, ਕੀ ਯਾਰ ਹੈ ਨਾ, ਨਾਲੇ ਤਾਂ ਇੰਨੀ ਲਵਾਈ ਹੈ ਨਾ, ਜੇ ਹੁਣ ਦੁਬਾਰਾ ਲਾਉਣੀ ਪਈ ਤਾਂ ਪਨੀਰੀਆਂ ਹੈ ਨੀ, ਹੁਣ ਦੱਸ ਬੰਦਾ ਕਰੂਗਾ ਕੀ? ਫਿਰ ਕਹਿੰਦੇ ਜੱਟ ਆਏ ਤੇ ਜੱਟ ਜਿਉਂ, ਜੱਟ ਹੁਣ ਦੱਸੋ ਕੀ ਕਰੇ, ਦੱਸੋ ਕੀ ਕਰੇ ਜੱਟ ਬਾਈ? ਜੇ ਮਾੜੀ ਮੁੱਛ ਨੂੰ, ਜੇ ਮੁੱਛ ਨੂੰ ਬਰਗਾੜੀ ਵਰਗਾ ਤਾ ਦਿੰਦਾ ਫਿਰ ਕਹਿੰਦੇ ਜੱਟ ਮੱਛਰਿਆ। ਜੱਟ ਦੀ ਆਹ ਜ਼ਿੰਦਗੀ ਆ, ਵੇਖ ਲਓ ਤੁਸੀਂ, ਜੱਟ ਤੁਹਾਡੇ ਸਾਹਮਣੇ ਆ, ਪੈਰੋਂ ਨੰਗਾ। ਪਹਿਲਾਂ ਅਸੀਂ ਪਾਣੀ ਬਿਨਾ ਮਾਰਦੇ ਸੀ, ਹੁਣ ਪਾਣੀ ਦੇ ਨਾਲ ਮਾਰਦੇ ਆ। ਚੱਲ ਕੋਈ ਨੀ ਕੋਈ ਨੀ, ਆਪੇ ਰੱਬ ਸੈੱਟ ਕਰੂਗਾ ਕਿ ਨਹੀਂ। ਹਾਂਜੀ ਤੇਜਵੰਤ ਸਾਹਿਬ, ਕੀ ਹਾਲ ਚਾਲ? ਉਧਰ ਕਿਵੇਂ ਮਾਹੌਲ ਆ? ਤੇ ਪੱਠਿਆਂ ਦੀ ਕਿਹਦੀ ਪਾਈ ਜਾਂਦਾ ਸੀ? ਨਹੀਂ ਉਹ ਬਾਹਲੇ ਯਾਰ, ਆਹ ਉਹ ਇੱਕ ਗੱਲ ਹੋਰ ਵੀ ਆ, ਮੈਂ ਦੱਸ ਦਿਆਂ ਵੀ ਆਪਣੇ ਤਾਂ ਮਾੜਾ ਮੋਟਾ ਝੋਨਾ ਦਿਸਦਾ ਨਾ ਪਾਸੇ, ਕਈਆਂ ਥਾਵਾਂ ਤੇ ਜਮਾਂ ਹੀ ਨਹੀਂ ਦਿਸਦਾ। ਹਾਂ ਉਹ ਤਾਂ ਬਹੁਤ ਔਖਾ ਬਾਈ, ਅਸਲ ਇੰਨਾ ਵੀ ਆਪਣਾ ਇਹ ਕਰ, ਇਹ ਜੇ ਇਹ ਕਰਤਾ। ਹਾਂ ਇਹ ਚੰਗਾ ਹੋ ਗਿਆ, ਤੇਰੀਆਂ ਰਗਾਂ ਪਹਿਲਾਂ ਬੈਠੀਆਂ, ਕੀ ਖਾਧਾ ਜੀ? ਕਿ ਪਿੱਟਿਆ ਪੁੱਟਿਆ ਤਾਂ ਨਹੀਂ ਅੱਜ? ਆਹ ਵੇਖ ਲਓ ਬਈ, ਜੱਟ ਫਿਰ ਵੀ ਹੱਸਦਾ, ਜੱਟ ਫਿਰ ਵੀ ਖੁਸ਼ ਰਹਿੰਦਾ। ਇਹ ਜਿਹੜੇ ਦੁਕਾਨਾਂ 'ਚ ਏਸੀ ਛੱਡੇ ਮਹਿਲਾਂ 'ਚ ਬੈਠੇ ਆ, ਉਹ ਕਹਿੰਦੇ ਜੱਟ ਐਂ ਦਿਲ ਨਹੀਂ ਛੱਡਦਾ। ਉਹ ਕੋਈ ਮਜਬੂਰੀ 'ਚ ਕੋਈ ਹੋ ਸਕਦਾ ਵੀ ਕਰ ਲੇ, ਪਰ ਜੱਟ ਬਈ ਛੇਤੀ ਦਿਲ 'ਤੇ ਨਹੀਂ ਲਾਉਂਦਾ, ਫਿਰ ਵੀ ਰੱਬ ਦੀ ਰਜ਼ਾ ਦੇ ਵਿੱਚ ਰਹਿੰਦਾ। ਆਹ ਦੇਖ ਲਓ ਪਾਣੀ ਪਾਣੀ ਆ, ਖਾਲਾ ਕਿੱਥੇ, ਵੱਟ ਹੀ ਨਹੀਂ ਦਿਖਦੀ ਤੁਰਨ ਨੂੰ, ਵੀ ਬੰਦਾ ਦੱਸ ਤੁਰੇ ਕਿੱਥੇ। ਅਤੇ ਹਜੇ ਮੀਂਹ ਉਤੁਕਣੀਆਂ ਪਈ ਜਾਂਦੀਆਂ, ਉਹ ਥੱਲੇ ਵਾਲਾ ਤਾਂ ਜਮਾਂ ਹੀ ਝੋਨਾ ਨਹੀਂ ਦਿਸਦਾ। ਆਹ ਤਾਂ ਸ਼ਾਇਦ ਹੋ ਜੇ ਸਕਸੈਸ, ਅਤੇ ਬਾਕੀ ਥੱਲੇ ਸਾਰੇ ਉਹ ਦਰਵਾਨ ਚੈਨ ਛੱਪੜ ਛੱਪੜ। ਹੁਣ ਹੀ ਰੱਬਾ ਜੇ ਬੱਸ ਕਰੂਗਾ ਫਿਰ ਕੋਈ ਅੱਗੇ ਗੱਲਬਾਤ ਹੋਊਗੀ। ਤੂੰ ਚੱਲਦਾ ਐਂ ਕਦੇ ਚੱਲਿਆ ਵੇਖਿਆ ਤੂੰ ਪਾਣੀ? ਬਈ ਆਹ ਹਾਲਾਤ ਨਹੀਂ, ਅਸੀਂ ਇੰਨਾ ਪਾਣੀ ਤਾਂ ਨਹੀਂ ਵੇਖਿਆ ਸੀ। ਹਾਂ ਪੁਲੀ ਟੁੱਟ ਗਈ ਵੀ ਕੋਟ ਸੁਕੇ ਦਰਾਹ ਵਾਲੀ, ਅਤੇ ਉਹ ਤਾਂ ਬਹੁਤ ਤਕੜਾ ਘਾਰਾ ਪੈ ਗਿਆ ਨਾ। ਹਾਂ ਜਾ ਕੇ ਸਹੀ ਗੱਲ ਆ, ਸੜਕ ਬੰਦ ਹੋ ਗਈ ਫਿਰ ਹੁਣ ਪੱਕੀ ਤੌਰ 'ਤੇ, ਬਹੁਤ ਥਾਈ ਹੋ ਗਿਆ। ਉਹ ਟੁੱਟ ਗਿਆ, ਮੇਰੇ ਕੋਲ ਵੀਡੀਓ ਆ ਗਈ, ਟੁੱਟ ਗਿਆ। ਹੋਰ ਚੱਲ ਆ, ਮੁੜ ਚੱਲ ਗਿਆ, ਮੈਂ ਜਾ ਦੁਬਾਰਾ ਆ ਕੋਟ ਸੁਕੇ ਦੇ ਰਾਹ ਤੋਂ। ਪੁਲੀ ਸਾਰੀ ਟੁੱਟ ਗਈ, ਸੜਕ ਵੀ ਬਹਿ ਗਈ, ਅਤੇ ਕਿੰਨਾ ਜ਼ਿਆਦਾ ਪਾੜ ਪੈ ਗਿਆ, ਕਿੰਨੀ ਜ਼ਿਆਦਾ ਸਪੀਡ ਆ, ਜਿਵੇਂ ਹਰੀ ਕੇ ਪੱਤਣ 'ਤੇ ਪਾਣੀ ਚੱਲਦਾ ਨਾ ਓਨੀ ਸਪੀਡ ਆ, ਵੇਖ ਲਓ ਸੜਕਾਂ ਰੋੜ ਕੇ ਲੈ ਗਿਆ। ਇੱਦਾਂ ਦੇ ਹਾਲਾਤ ਕਦੇ ਨਹੀਂ ਬਣੇ ਸਾਡੇ ਪਿੰਡ, ਬਾਕੀ ਰੱਬ ਮਿਹਰ ਕਰੇ। ਅਰਦਾਸ ਕਰਿਓ